For all updated news, please subscribe Ava News and ring the bell. नमस्कार दर्शकों, मैं किरण वशिष्ठ द्वारा स्वागत करता खबर बाद दे बैर दे विच। जेकर तुसी साडे चैनल हुण तक सबसक्राइब नहीं किया तो सबसक्राइब करो, तो दोस्तों तो भी सबसक्राइब कराओ ताकि साडे चैनल दी हरेक खबर हरेक प्रोग्राम तुहाडे तक पहुँच सके। दर्शकों, जो खबर है बरनाला तो आ रही है। बरनाला दे विच कुलवंत सिंह नाम दे के किसान ने आत्महत्या कर ली। तुहानू दस दिए कि पंजाब सरकार वालों जो कर्ज माफ़ी की लिस्ट जारी की गई सी, उस दे विच इन्हां दा नाम नहीं सीगा। उस तो बाद इन्हां ने कमरे में जाके पखे नाल फाहा लैके अपनी जीवन लीला समाप्त कर ली है। तुहानू दस दिए कि किसान कुलवंत सिंह दे उपर 8 लाख रुपए का कर्जा सीगा, विच ही बैंकां दा ते विच ही आड़तियां दा कर्जा सीगा। हालांकि इसने कुछ समय पहला अपनी कुछ जमीन भी बेची सी, परंतु कर्जा ना चुका सकिया। रात नूं रेहड़ी खेत गेड़ा मार के आया सीगा, ते आ के सौंदा ही पै गया वी। सवेरे वेखा पखे नाल अटक रहा सी, पर कर्ज करके पिछली आ कणक दे गड़े पै गए, कणक सारी मर गई सी। ओहदा मजबा नहीं मिला, ओहदा करके 8 लाख रुपये पहला 2.5 एकड़ सी, फिर ओहदा करके बेचनी पै गई। हुण 5 कनाले करे, मैं मेरी भैण ते मां मम्मी आ। ਇਹ ਸਰਕਾਰ ਨੇ ਕਰਜ਼ਾ ਮਾਫ਼ੀ ਦੀ ਜਿਹੜੀ ਲਿਸਟਾਂ ਜਾਰੀ ਕੀਤੀਆਂ, ਕੱਲ੍ਹ ਨੂੰ ਪਹਿਲੀ ਕਿਸ਼ਤ ਆ ਰਹੀ ਹੈ, ਤੁਹਾਡਾ ਨਾਂ ਆਇਆ ਲਿਸਟ? ਉਹਦੇ ਵਿੱਚ ਵੀ ਨਹੀਂ ਆਇਆ, ਉਹਦੇ ਵਿੱਚ ਵੀ ਨਹੀਂ ਆਇਆ ਲਿਸਟ ਦੇ ਵਿੱਚ ਨਹੀਂ। ਸੁਬਾਹ ਘਰ ਦੇ ਘਰਾਂ ਧੂੜਾਂ ਕੱਢ ਕੇ ਦੇਖਿਆ ਵੀ ਉੱਠਿਆ ਨਹੀਂ ਹਲੇ, ਗੱਲ ਕੀ ਹੋਊਗੀ, ਤਾਂ ਉਹਦੀ ਲਾਸ਼ ਜਿਹੜੀ ਪੱਖੇ ਨਾਲ ਲਟਕਦੀ ਪਾਈ ਗਈ ਹੈ ਜੀ। ਨਹੀਂ, ਲਗਾਤਾਰ ਉਹ ਤਾਂ ਚਰਚਾ ਹੋ ਹੀ ਰਹੀ ਹੈ ਵੀ ਮਾਫ਼ ਕਰ ਦੇਣਾ ਜੀ। ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਕਿੱਡੇ ਕਿੱਡੇ ਵਾਅਦੇ ਉਹਨਾਂ ਨੇ ਕੀਤੇ ਆ ਵੀ ਆੜ੍ਹਤੀਆਂ ਦਾ ਵੀ, ਕਿਸਾਨਾਂ ਦਾ ਵੀ, ਬੈਂਕਾਂ ਦਾ ਸਭ ਮਾਫ਼ ਕਰਾਂਗੇ। ਪਰ ਹੁਣ ਆਪਾਂ ਦੇਖਦੇ ਹਾਂ, ਪਰ ਜਿਹੜੀ ਸਾਡੇ ਸ਼ਹਿਰੀ 'ਚ ਪਹਿਲੀ ਲਿਸਟ ਸਾਡੇ ਸ਼ਹਿਰੀ ਦੇ ਪ੍ਰਧਾਨ ਜੀ ਖੜਿਆ, ਇਹਨਾਂ ਨੇ ਵੱਖ ਵੱਖ ਥਾਵਾਂ 'ਤੇ ਵੀ ਲਾਈ ਹੈ। ਉੱਥੋਂ ਲੋਕਾਂ ਨੇ ਪੜ੍ਹ ਕੇ ਦੇਖਿਆ ਵੀ ਯਾਰ ਕਿਤੇ ਕਿਤੇ ਨਾਂ ਆ ਗਏ, ਇਹਦਾ ਇਹਦੇ ਛੋਟੇ ਭਰਾ ਦਾ, ਇਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਉਹ ਲਿਸਟ ਵਿੱਚ ਨਾਂ ਨਹੀਂ ਆਇਆ। ਜਿਹਦੇ ਤੋਂ ਇਹ ਹੋਰ ਪਰੇਸ਼ਾਨ ਹੋ ਗਿਆ, ਲੱਗਦਾ ਜੀ ਥੋੜ੍ਹੀ ਰਾਹਤ ਮਿਲ ਜੂਗੀ। ਹਾਂ, 2 ਕਿੱਲੇ ਜ਼ਮੀਨ ਪਹਿਲਾਂ ਸੀ, ਉਹ ਵਿਕ ਗਈ ਹੈ ਜੀ, ਹੁਣ 5 ਕਨਾਲਾ ਜ਼ਮੀਨ ਰਹਿ ਗਈ ਹੈ। ਬਰਾਬਰ ਦੀ ਕੁੜੀ ਹੈ ਜਿਹਦਾ ਵਿਆਹ ਕਰਨ ਆ ਪਿਆ, ਛੋਟਾ ਮੁੰਡਾ ਜਿਹੜਾ ਮਤਲਬ ਪੜ੍ਹਦਾ, ਕੁਝ ਫੀਸਾਂ ਵਗੈਰਾ ਵੀ ਭਰਨੀਆਂ ਪੈਂਦੀਆਂ। ਉਹ ਦੋਸ਼ੀ ਕਿਹਨੂੰ ਮੰਨਦੇ ਆ? ਦੋਸ਼ੀ ਤਾਂ ਸਰਕਾਰ ਨੂੰ ਮੰਨਦੇ ਜੀ, ਜੋ ਲਗਾਤਾਰ ਜਿਹੜੇ ਕਿਸਾਨ ਦੇ ਕਿਸਾਨਾਂ ਦਾ ਹੋ ਰਿਹਾ, ਜਿਹੜੇ ਜਿਨਸਾਂ ਦੇ ਭਾਅ ਉਹ ਲਗਾਤਾਰ ਮਿਲ ਨਹੀਂ ਰਹੇ, ਖਰਚੇ ਆ ਜਿਹੜੇ ਦਵਾਈਆਂ ਦੇ ਇਹਾਂ ਦੇ ਬਹੁਤ ਜ਼ਿਆਦਾ ਵੱਧ ਗਏ ਨੇ, ਉਹਦੇ ਕਰਕੇ ਸਰਕਾਰਾਂ ਦੋਸ਼ੀ ਨੇ। ਸੋ ਮ੍ਰਿਤਕ ਕੁਲਵੰਤ ਸਿੰਘ ਨੇ ਕਰਜ਼ਾ ਨਾ ਚੁਕਾਉਣ ਕਾਰਨ ਆਤਮ ਹੱਤਿਆ ਕਰ ਲਈ, ਅਤੇ ਜਦੋਂ ਸਰਕਾਰ ਵੱਲੋਂ ਲਿਸਟ ਜਾਰੀ ਹੋਈ ਉਸ ਦੇ ਵਿੱਚ ਵੀ ਨਾਮ ਨਹੀਂ ਸੀਗੇ, ਉਸ ਦੀ ਨਾਮੋਸ਼ੀ ਵੀ ਇਸ 'ਤੇ ਕਿਤੇ ਨਾ ਕਿਤੇ ਰਹੀ ਹੋਏਗੀ, ਅਤੇ ਇਸਨੇ ਆਪਣੀ ਜੀਵਨ ਲੀਲਾ ਪੱਖੇ ਨਾਲ ਫਾਹਾ ਲੈ ਕੇ ਸਮਾਪਤ ਕਰ ਲਈ। ਤੁਹਾਨੂੰ ਦੱਸ ਦਈਏ ਕਿ ਮਹਿਜ਼ 5 ਕਨਾਲ ਜ਼ਮੀਨ ਦੇ ਉੱਪਰ ਖੇਤੀ ਕਰਕੇ ਇਹ ਆਪਣੇ ਪਰਿਵਾਰ ਦਾ ਅਤੇ ਆਪਣਾ ਪੇਟ ਭਰ ਰਿਹਾ ਸੀਗਾ, ਪਰੰਤੂ ਜੋ ਕਰਜ਼ਾ ਸੀਗਾ ਬੈਂਕਾਂ ਦਾ ਅਤੇ ਆੜ੍ਹਤੀਆਂ ਦਾ, ਉਹ ਸਮੇਂ ਸਮੇਂ 'ਤੇ ਇਹਨਾਂ ਨੂੰ ਸਤਾ ਰਿਹਾ ਸੀਗਾ, ਅਤੇ ਇੱਕੋ ਉਮੀਦ ਸੀ ਪੰਜਾਬ ਸਰਕਾਰ ਤੋਂ ਕਿ ਸ਼ਾਇਦ ਉਹਨਾਂ ਦੀ ਕਰਜ਼ੇ ਦੀ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਆ ਜਾਵੇ ਅਤੇ ਇਹਨਾਂ ਦਾ ਕਰਜ਼ਾ ਮਾਫ਼ ਹੋ ਜਾਵੇ। ਪਰੰਤੂ ਜਦੋਂ ਉਸ ਲਿਸਟ ਵਿੱਚ ਨਾਮ ਨਾ ਵੇਖਿਆ, ਉਸ ਤੋਂ ਬਾਅਦ ਮਜਬੂਰਨ ਇਹਨਾਂ ਨੇ ਇਹ ਕਦਮ ਚੱਕਿਆ ਅਤੇ ਘਰ ਦੇ ਵਿੱਚ ਕਮਰੇ ਦੇ ਅੰਦਰ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਸੋ ਦੋਸਤੋ, ਅਗਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਖਬਰ ਹੈ ਜੋ ਤੁਸੀਂ ਸਾਡੇ ਚੈਨਲ 'ਤੇ ਵਿਖਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 6280 3837 ਦੇ ਉੱਪਰ, ਅਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ khabarbaaddopahar@gmail.com 'ਤੇ। ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ। For all updated news, please subscribe Ava News and ring the bell.